ਅਸਲਾਮ ਵਾਲੇਕੁਮ ਫੁਆਦ ਭਾਈ, ਕੀ ਹਾਲ ਹੈ? ਠੀਕ ਹੋ? ਸਿਹਤ ਵੀ ਠੀਕ ਹੈ? ਫੁਆਦ ਭਾਈ, ਅਸੀਂ ਖਵਾਹਿਸ਼ਮੰਦ ਹਾਂ ਅੰਡਰਟੇਕਰ ਦੇ। ਪਾਕਿਸਤਾਨੀ 1 ਕਰੋੜ ਰੁਪਈਆ ਅਸੀਂ ਦੇਣੇ ਆ ਇਹਦਾ, ਅਗਰ ਜੇ ਤੁਸੀਂ ਸੇਲ ਕਰਨਾ ਚਾਹੋ ਤਾਂ। 1 ਕਰੋੜ ਰੁਪਈਆ ਪਾਕਿਸਤਾਨੀ, ਜਦੋਂ ਆਖੋ ਅਸੀਂ ਆ ਜਾਂਦੇ ਹਾਂ ਜਾਂ ਇੱਥੋਂ ਪੈਸੇ ਭੇਜ ਦਿੰਦੇ ਹਾਂ। ਅੰਡਰਟੇਕਰ ਸਾਨੂੰ ਬਹੁਤ ਪਸੰਦ ਆਇਆ, ਅਸੀਂ ਇਹਨੂੰ ਖਰੀਦਣਾ ਚਾਹੁੰਦੇ ਹਾਂ। ਅਨਿਵਾਸ ਭੱਟ ਸਾਹਿਬ, ਤੁਸੀਂ ਸਾਡੇ ਭਰਾ ਹੋ, ਤੁਸੀਂ ਸਾਡੇ ਵੀਰ ਹੋ, ਤੁਹਾਡੇ ਨਾਲ ਫੋਨ 'ਤੇ ਵੀ ਗੱਲ ਹੋਈ ਹੈ। ਇਹਦਾ ਇੱਕ ਵਾਲ ਜਿਹੜਾ ਨਾ, ਉਹ ਵੀ ਤੁਸੀਂ 1 ਕਰੋੜ ਕਹਿੰਦੇ ਹੋ, 1 ਅਰਬ ਰੁਪਏ ਦਾ ਵੀ ਨਹੀਂ ਵੇਖ ਸਕਦਾ। ਇਹ ਤੁਹਾਡਾ ਵੈਸੇ ਆਪਣਾ ਪਿਆਰ ਨਾਲ, ਮੁਹੱਬਤ ਨਾਲ, ਇਹ ਤੁਹਾਡੇ ਆਪਣੇ ਡਾਗ ਨੇ, ਸ਼ੋਕ ਸ਼ਿਕਾਰ ਸਾਂਝਾ ਹੁੰਦਾ ਹੈ। ਅਤੇ ਤੁਸੀਂ ਇਹਨੂੰ ਆਪਣੇ ਜਿਹੜਾ ਕੁਵੈਤੀ ਤੁਹਾਡਾ ਦੋਸਤ ਹੈ ਉਹਨੂੰ ਵੀ ਦੱਸ ਦੇਣਾ ਕਿ ਜਿਹੜਾ ਸਰਦਾਰ ਫੁਆਦ ਦੀ ਗੱਡੀ ਨੂੰ ਇੰਗਲੈਂਡ 'ਚ ਨੰਬਰ ਲੱਗੇ ਆ ਨਾ, ਉਹ 40 ਮਿਲੀਅਨ ਪਾਊਂਡ ਦਾ ਲੱਗੇ ਹੈ। ਅਤੇ ਉਹ ਇੱਥੇ ਜਿਹੜੇ ਪ੍ਰਿੰਸ ਨੇ ਔਰ ਜਿਹੜੇ ਸਰਦਾਰ ਵੱਡੇ ਵੱਡੇ ਕਿੰਗ ਨੇ ਨਾ, ਉਹ ਵੀ ਉਹ ਨੰਬਰ ਨਹੀਂ ਰੱਖ ਸਕਦੇ। ਅਤੇ ਇਹ ਗੱਲ ਸਿਰਫ ਇਸ ਵਾਸਤੇ ਦੱਸੀ ਹੈ, ਕਦੇ ਕਿਸੇ ਨੂੰ ਦੱਸੀ ਨਹੀਂ, ਕਿ ਤਾਂ ਕਿ ਇਹਨਾਂ ਨੂੰ ਅੰਦਾਜ਼ਾ ਹੋ ਜਾਏ ਕਿ ਅਸੀਂ ਪੈਸਿਆਂ ਵਾਸਤੇ ਨਹੀਂ ਸ਼ੋਕ ਕਰਦੇ, ਅਸੀਂ ਆਪਣਾ ਸਾਡਾ ਸ਼ੋਕ ਹੈ ਅਤੇ ਸ਼ੋਕ ਦਾ ਕੋਈ ਮੁੱਲ ਨਹੀਂ ਹੁੰਦਾ। ਅਤੇ ਤੁਸੀਂ ਇਹਨੂੰ ਦੱਸੋ ਕਿ ਕੋਈ ਚੰਗਾ ਕੁੱਤਾ ਹੈ, ਜਿੰਨੀ ਵੀ ਕੀਮਤ ਹੈ ਅਤੇ ਸਰਦਾਰ ਫੁਆਦ ਉਹਨੂੰ ਖਰੀਦ ਸਕਦਾ। ਲੇਕਿਨ ਵੇਚਣ ਵਾਲੀ ਗੱਲ ਅੱਜ ਤੱਕ ਨਾ ਪਹਿਲਾਂ ਕੀਤੀ ਹੈ ਅਤੇ ਨਾ ਅੱਗੋਂ ਕਰਨੀ ਇਨਸ਼ਾਅੱਲਾ। ਇਹ ਆਪਣੇ ਆਪ ਨੂੰ, ਆਪਣੀ ਕੌਮ ਨੂੰ, ਆਪਣੇ ਸ਼ੌਕ ਨੂੰ ਲਾਜ ਨਹੀਂ ਲਾਣੀ ਪੂਰੀ ਜ਼ਿੰਦਗੀ ਵਾਸਤੇ। ਅਤੇ ਬਾਕੀ ਵੈਸੇ ਤੁਸੀਂ ਕਹੋ ਤਾਂ ਜਾਨਵਰ ਤੁਹਾਡੇ ਆਪਣੇ ਨੇ, ਜਿੱਥੇ ਕਹੋ ਜਿਸ ਤਰ੍ਹਾਂ ਕਹੋ ਅਸੀਂ ਉੱਥੇ ਤੁਹਾਡੇ ਵਾਸਤੇ ਲੜਾਉਣ ਨੂੰ ਤਿਆਰ ਹਾਂ। ਤੁਸੀਂ ਭਾਈ ਹੋ, ਉਹ ਇਤਨੇ ਮਾਣ ਨਾਲ ਤੁਹਾਡੇ ਨਾਲ ਉਹਨੇ ਰਾਬਤਾ ਕੀਤਾ ਅਤੇ ਅਸੀਂ ਲੜਾ ਦਿਆਂਗੇ, ਉਹ ਅਸੀਂ ਕੋਈ ਗੱਲ ਨਹੀਂ, ਤੁਸੀਂ ਸਾਡੇ ਭਾਈ ਹੋ, ਕਿਸੇ ਨੂੰ ਅਸੀਂ ਮਾਯੂਸ ਨਹੀਂ ਕਰਦੇ। ਬਹੁਤ ਬਹੁਤ ਸ਼ੁਕਰੀਆ ਇਤ ਮੁਬਾਰਕ।
ਹੈ।